अगे आप हेमकुंट साहब का भी जिहड़ा इन्हां ने स्टैचू बना के लिया चित्र बना के लिया देखण योग आ कि इन्हां ने किन्नी मेहनत की और नाल तुसी देख रहे हो कि हेमकुंट साहब की जिहड़ी बर्फ पानी वो पानी पीने वास्ते रखिया होया तो देख रहे कि यह भी जिहड़ा देख रहे स्टैचू की बहुत सोहनी चीज़ बनाई हुई है नौजवान वीर ने और इन्हां दी भी मैं समझदा कि बड़ी इस टाइम काम वास्ते जिते मनी भी लगती है पैसा भी लगता उत्थे टाइम भी लगता इन्हां कंट्रियां विच टाइम नहीं है किसी को लेकिन फिर भी ये नौजवान वीर ने कई दिनों तो ये नाल लगे हुए ने तो इदां दे स्टैचू तुहानूं आपां होर भी दिखावांगे अगले पासे क्योंकि ये पालकी साहब दे नाल जाने ने इहो सो आपां नूं बड़ा आ के खंडा साहब भी नाल ही तैयार किया गया जिहड़ा कि विलक्खण आ जां कि वक्खरी जिहड़ी आ ये सानू चीज़ दिस रही है जां संगत देख रही है तो भाजी वाहिगुरू जी का खालसा वाहिगुरू जी की फतह भाई दसोगे तुसीं ये जिहड़ा हेमकुंट साहब दा तैयार किया चित्र हाँ जी हाँ जी ये तुहानूं कित्थों तुहानूं दिमाग च आया कि आप बना के लगे क्योंकि इतने गुरु गोबिंद सिंह जी गए थे हाँ जी आई नो It was all a group project. Like, yeah. Harry! ਤੁਸੀਂ ਦੱਸੋਗੇ ਬਈ ਇਹ ਜਿਹੜਾ ਤੁਸੀਂ ਸਟੈਚੂ ਜਿਹੜਾ ਤਿਆਰ ਕੀਤਾ ਆ ਹੇਮਕੁੰਟ ਸਾਹਿਬ ਦਾ ਇਹ ਤੁਹਾਡੇ ਦਿਮਾਗ ਹਰੇਕ ਸਾਲ ਕਰਦੇ ਆ ਜਾਂ ਇਸ ਵਾਰੀ ਕੀਤਾ ਨਾ ਇਹ ਆਪਣਾ ਪਹਿਲਾ ਸਾਲ ਹੈ ਜੀ अच्छा ਇਹ ਉਹਦਾ ਹਾਈ ਸਕੂਲ ਚ ਅਸੀਂ ਇੱਕ ਵਾਰੀ ਉਹਦਾ ਫਲੋਟ ਬਣਾਇਆ ਸੀ ਅੱਛਾ ਜਿਹੜਾ ਹੇਮਕੁੰਟ ਸਾਹਿਬ ਦਾ ਪਹਿਲੀ ਵਾਰੀ ਬਣਾਇਆ ਅੱਛਾ ਤੇ ਇਹ ਕਿੰਨੇ ਦਿਨਾਂ ਤੋਂ ਤੁਸੀਂ ਇਹਦੀ ਤਿਆਰੀ ਕਰਨ ਤੇ ਲੱਗੇ ਹੋਏ ਇਹ ਸੱਚ ਕਹਿਮਾ ਜੀ ਭਾਵੇਂ 3 ਹਫ਼ਤੇ ਹੋਣੇ ਆ 3-3.5 ਹਫ਼ਤੇ ਤੁਸੀਂ ਇਹਦੇ ਬਾਅਦ ਜਿਹੜਾ ਮਟੀਰੀਅਲ ਆ ਹਾਂਜੀ ਉਹ ਕਿਹੜਾ ਕਿਹੜਾ ਮਟੀਰੀਅਲ ਯੂਜ਼ ਕੀਤਾ ਔਰ ਕਿੱਥੋਂ ਲਿਆਂਦਾ ਉਹ ਜ਼ਿਆਦਾਤਰ ਆਪਣੇ ਜਿਹੜੇ ਵੱਡੀ ਆ 2x4 ਹੁੰਦੇ ਪਲਾਈਬੋਰਡ ਹੁੰਦੇ ਆ ਆਪਣੇ ਹੋਰ ਕਈ ਕੁਛ ਆ ਜਿੱਦਾਂ ਫੋਮ ਜੀ ਹੁੰਦੀ ਆ ਕੰਡੇ ਭਰਨੇ ਨੂੰ ਤੇ ਇਹਦਾ ਦਾ ਮਟੀਰੀਅਲ ਫਿਰ ਵਾਸਤੇ ਸਮੈਂਟ ਹੁੰਦੀ ਆ ਇਹੀ ਆਪਾਂ ਵਰਤਦੇ ਆ ਤੇ ਤੁਹਾਡੀ ਕਿੰਨੀ ਕੁ ਇਹਦੇ ਤੇ ਮਿਹਨਤ ਆਈ ਆ ਕਿੰਨਾ ਕੁ ਤੁਹਾਨੂੰ ਪੈਸੇ ਇੱਥੇ ਲਾਉਣੇ ਪਏ ਆ ਆਪਣੀ ਕਾਸਟ ਜਿਹੜੀ ਆਪਾਂ ਵੀ ਅਰਾਊਂਡ 4,000-5,000 ਹੋਣਾ ਸੀ ਤੇ ਆਈ ਮੀਨ ਟਾਈਮ ਤਾਂ ਕਾਫੀ ਲੱਗਾ ਜੀ ਆਪਾਂ ਯੂਜੂਲੀ 5 ਵਜੇ ਸ਼ੁਰੂ ਕਰ ਲਈਦਾ ਸੀ ਤੇ 2-3 ਵਜੇ ਤੱਕ ਲੱਗੇ ਰਹਿਣਾ ਸਵੇਰ ਦੇ ਸੁੱਤੇ ਹੀ ਨਹੀਂ ਅੱਜ ਦੇ ਅੱਜ ਕੱਲ੍ਹ ਦੇ ਪੂਰੀ ਰਾਤ ਸੁੱਤੇ ਨਹੀਂ ਅੱਜ ਇਹਨੂੰ ਤਿਆਰ ਕਰਨ ਤੇ ਲੱਗੇ ਰਹੇ ਇਹਨੂੰ ਤਿਆਰ ਆਪਾਂ ਆਈ ਥਿੰਕ ਕੱਲ੍ਹ 6 ਵਜੇ ਉੱਠੇ ਸੀ ਤੇ ਹੁਣ ਹਜੇ ਤੱਕ ਉੱਠੇ ਹੀ ਆ ਨੀਂਦ ਪੂਰੀ ਨਹੀਂ ਕੀਤੀ ਆ ਧੰਨਵਾਦ ਤੇ ਜੇ ਦੇਖਿਆ ਜਾਵੇ ਤਾਂ ਇਹ ਨੌਜਵਾਨ ਵੀਰਾਂ ਨੇ ਬੜੀ ਮਿਹਨਤ ਕੀਤੀ ਆ ਪਿਛਲੇ 3-4 ਦਿਨ ਤੋਂ ਔਰ $4,000-5,000 ਕਹਿੰਦੇ ਸਾਡਾ ਇਹ ਤਾਂ ਐਕਸਪੈਂਡ ਹੋਇਆ ਔਰ ਇਹ ਨੌਜਵਾਨ ਵੀਰ ਮੋਸਟਲੀ ਸਾਡੇ ਨੌਜਵਾਨ ਵੀਰ ਇੱਥੇ ਦੇ ਨੇ ਇਹ ਇੱਥੇ ਦੇ ਬੋਰਨ ਨੇ ਅਤੇ ਇਹ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੁੰਦਾ ਤੁਹਾਨੂੰ ਇਹ ਜਿਹੜੀ ਤੁਸੀਂ ਕਿਤੇ ਖੁਦ ਗੁਰਦੁਆਰਾ ਸਾਹਿਬ ਜਾ ਕੇ ਵਿਜਿਟ ਕੀਤਾ ਜਾਂ ਤੁਹਾਡੀ ਕੋਈ ਤੁਸੀਂ ਅਤੇ ਨਾ ਆਪਾਂ ਨਹੀਂ ਕਦੀ ਵਿਜਿਟ ਕੀਤਾ ਜੀ ਪਰ ਅਮੀਨ ਦਿਲ ਤਾਂ ਕਰਦਾ ਆ ਸਾਰਿਆਂ ਦਾ ਆਕੇ ਰਿਸ਼ਤੇਦਾਰ ਹੈਗੇ ਜਿਹੜੇ ਗਏ ਆ ਬਟ ਆਪਾਂ ਨਹੀਂ ਕਦੇ ਗਏ ਜੀ ਨਾ ਤੁਸੀਂ ਨੈੱਟ ਤੋਂ ਕੱਢ ਕੇ ਤਾਂ ਨਹੀਂ ਤਿਆਰ ਕੀਤਾ ਕਿਤੇ ਹਾਂਜੀ ਨੈੱਟ ਤੋਂ ਕੱਢ ਕੇ ਤਾਂ ਨਹੀਂ ਤਿਆਰ ਕੀਤਾ ਕਿਤੇ ਨਾ ਨਾ ਇਹ ਤਾਂ ਆਪ ਹੀ ਆਪਾਂ ਇਕੱਠੇ ਬਹਿ ਕੇ ਆਈਡੀਆ ਬਣਾਏ ਆ ਅਤੇ ਸੋਚਿਆ ਕਿੱਦਾਂ ਕਰੀਏ ਕੀ ਕਰੀਏ ਉਹਦਾ ਬਸ ਫੋਟੋਆਂ ਦੇਖੀਆਂ ਦਾ ਸਵਾਲ ਹੈ ਥੈਂਕ ਯੂ